2011 ਤੋਂ ਅਸੀਂ ਪਿੰਡ ਮੂਸਾ ਵਿਖੇ ਧਰਮ ਪ੍ਰਚਾਰ ਮਿਸ਼ਨ ਮੂਸਾ ਜਥੇਬੰਦੀ ਦੇ ਤਹਿਤ ਇਲਾਕੇ ਭਰ ਦੇ ਵਿੱਚ ਅੰਮ੍ਰਿਤ ਸੰਚਾਰ ਦੀ, ਕੇਸ ਦਸਤਾਰ ਮੁਕਾਬਲਿਆਂ ਦੀ ਔਰ ਕਥਾ ਕੀਰਤਨ ਦੀਵਾਨਾਂ ਦੀ ਬਹੁਤ ਵੱਡੀ ਸੇਵਾ ਆਰੰਭ ਕੀਤੀ ਹੋਈ ਆ। ਲੇਕਿਨ 2011 ਤੋਂ ਹੀ ਗੁਰਦੁਆਰਾ ਕਲੰਗੀਧਾਰ ਪਿੰਡ ਮੂਸਾ, 4 ਗੁਰਦੁਆਰੇ ਆ, ਬਾਕੀ 3 ਗੁਰਦੁਆਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸਿਰਫ ਇਸ ਕਮੇਟੀ ਦੇ ਬੰਦੇ ਆ ਜਿਹੜੇ ਉਹ ਸਾਡੇ ਨਾਲ 2011 ਤੋਂ ਹੀ ਧੱਕਾ ਧੁੰਮਾ ਕਰ ਰਹੇ ਆ ਔਰ ਲਗਭਗ 2 ਵਾਰ ਤਖ਼ਤ ਸਾਹਿਬ 'ਤੇ ਸਾਡਾ ਫੈਸਲਾ ਹੋ ਚੁੱਕਿਆ ਅਤੇ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਲਗਭਗ ਕਲੰਗੀਧਾਰ ਦੀਆਂ ਨੂੰ ਹੁਣ ਤੱਕ 5 ਵਾਰ ਤਖ਼ਤ ਸਾਹਿਬ ਤੋਂ ਸੇਵਾ ਲੱਗ ਚੁੱਕੀ ਆ, ਮਤਲਬ ਉਹ ਬੇਹੁਰਮਤੀਆਂ ਕਰਦੇ ਆ। ਸੋ ਹੁਣ ਸਾਡੇ ਸਰੂਪ ਜਿਹੜੇ ਸਾਨੂੰ ਜਾਰੀ ਹੋਏ ਸੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ, ਇੱਕ ਸਮਝੌਤੇ ਦੇ ਤਹਿਤ, ਉਹ ਪਹਿਲਾਂ ਵੀਡੀਓ ਮੈਂ ਪਾਈ ਆ, ਇੱਕ ਸਮਝੌਤੇ ਦੇ ਤਹਿਤ ਉਹ ਦਮਦਮਾ ਸਾਹਿਬ ਵਿਖੇ ਸੁਭਾਏਮਾਨ ਕੀਤੇ ਗਏ ਸੀ ਅਤੇ ਸਾਨੂੰ ਸਮਝੌਤਾ ਇਹ ਲਿਖਿਆ ਹੋਇਆ ਸੀ ਵੀ ਗੁਰਦੁਆਰਾ ਕਲੰਗੀਧਾਰ ਦੇ ਵਿੱਚ ਜਾਣ ਆਉਣ 'ਤੇ ਕੋਈ ਰੋਕ ਨਹੀਂ ਹੋਊਗੀ, ਸੰਗਤ ਵਾਂਗੂ ਵਿਚਰ ਸਕਾਂਗੇ ਜਿਵੇਂ ਆਮ ਪ੍ਰਚਾਰਕ ਜਾਂ ਸੰਗਤ ਵਿਚਰਦੀ ਆ। ਲੇਕਿਨ ਉੱਥੇ ਵੀ ਸਾਡੇ 'ਤੇ ਰੋਕ ਲਾ ਦਿੱਤੀ ਗਈ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਵੱਲੋਂ ਅਤੇ ਹੋਰ ਬੰਦਿਆਂ ਵੱਲੋਂ। ਜੇ ਕੋਈ ਸੰਗਤ ਸਾਨੂੰ ਬੁਲਾਉਣਾ ਚਾਹੁੰਦੀ ਤਾਂ ਉਹਨਾਂ ਨੇ ਨਾ ਬੁਲਾਉਣ ਦੇਣੇ, ਰੌਲਾ ਰੱਪਾ ਕਰਨਾ। ਇਸ ਕਰਕੇ ਪਿਛਲੇ ਲਗਭਗ 2.5 ਮਹੀਨਿਆਂ ਤੋਂ ਮਹਾਰਾਜ ਸਾਹਿਬ ਦੇ ਸਰੂਪ ਅਸੀਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਂਦੇ ਸੀਗੇ, ਉਹ ਸਰੂਪ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਸਰੂਪ ਸਾਨੂੰ ਵਾਪਸ ਦਵਾ ਦਿਓ, ਇਹ ਸਰੂਪ ਤੁਹਾਡੇ ਨੇ, ਤੁਹਾਡੇ ਨਾਂ 'ਤੇ ਜਾਰੀ ਹੋਏ ਨੇ, ਇਹ ਸਰੂਪ ਨਾਲ ਦੀ ਨਾਲ ਸਤਿਕਾਰ ਸਹਿਤ ਤੁਹਾਨੂੰ ਵਿਦਾ ਕਰਦੇ ਹਾਂ, ਕਿਉਂਕਿ ਅਸੀਂ ਹਰ ਮਹੀਨੇ ਸਹਿਜ ਪਾਠ ਸਾਹਿਬ ਦਾ ਭੋਗ ਪਾਉਂਦੇ ਹਾਂ ਔਰ ਬੱਚੇ ਸੰਥਿਆ ਪੜ੍ਹਦੇ ਆ, ਸਵੇਰ ਦੇ ਸਮੇਂ ਸਕੂਲ ਦੇ ਬੱਚੇ ਵੀ ਨਿਤਨੇਮ ਕਰਦੇ ਆ। ਮਹਾਰਾਜ ਸਾਹਿਬ ਦੇ ਸਰੂਪ 2.5 ਮਹੀਨਿਆਂ ਤੋਂ ਇੱਥੇ ਸੀ, ਤਖ਼ਤ ਸਾਹਿਬ ਦੇ ਉੱਤੇ ਬਕਾਇਦਾ ਤੌਰ 'ਤੇ ਇਹਦੀ ਪੜਤਾਲ ਚੱਲ ਰਹੀ ਹੈ ਔਰ ਅੱਜ ਸਵੇਰੇ ਲਗਭਗ ਕੋਈ 7:15 ਵਜੇ ਜਦੋਂ ਅਸੀਂ ਇਕੱਲੇ ਹੀ ਸੀਗੇ, ਅਸੀਂ ਦੀਵਾਨ 'ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀਗੇ ਉਸ ਸਮੇਂ, ਅਤੇ ਉਹ ਲਗਭਗ 45-50 ਦੀ ਗਿਣਤੀ ਦੇ ਵਿੱਚ ਬੰਦੇ ਆਏ ਔਰ ਆ ਕੇ ਉਹਨਾਂ ਨੇ ਜਿਵੇਂ ਹਥੌੜੇ ਅਤੇ ਰਾੜ ਉਹ ਨਾਲ ਲੈ ਕੇ ਆਏ ਸੀ ਪਹਿਲਾਂ ਹੀ, ਉਹਨਾਂ ਨੇ ਸਾਨੂੰ ਬਾਹਰ ਬੁਲਾ ਲਿਆ ਅਤੇ ਬਾਕੀ 20-25 ਬੰਦਿਆਂ ਨੇ ਤਾਂ ਸਾਨੂੰ ਵਾਗਲਾ ਪਾ ਲਿਆ, ਮਤਲਬ ਸਾਨੂੰ ਵੀ ਅੱਗੇ ਪਿੱਛੇ ਨਾ ਆਉਣ ਦੇਣ, ਉਹ ਜੇ ਅਸੀਂ ਕੋਠੀ ਜਾਈਏ ਮੰਨ ਲਓ ਸਾਨੂੰ ਕੋਠੀ 'ਚ ਨਾ ਆਉਣ ਦੇਣ, ਉਹਨਾਂ ਦੇ ਮਨ ਵਿੱਚ ਕੋਈ ਇਸ ਤਰ੍ਹਾਂ ਦੀ ਹੋਣੀ ਹੈ ਸ਼ੰਕਾ ਵੀ ਕੋਈ ਹੋਰ ਕੰਮ ਨਾ ਵਧੇ, ਤਾਂ ਉਹਨਾਂ ਨੇ ਗੇਟ ਨੂੰ ਲੰਘ ਕੇ ਜਿਹੜਾ ਕੁਲਦੀਪ ਸਿੰਘ ਮਿਸਤਰੀ ਹੈ ਇੱਕ ਮੂਸੇ ਪਿੰਡ ਦੇ, ਉਹ ਥੋੜ੍ਹੇ ਨਾਲ ਲੈ ਕੇ ਆਇਆ ਸੀ, ਉਹਨੇ ਥੋੜ੍ਹੇ ਦੇ ਨਾਲ ਅੰਦਰ ਲੰਘ ਕੇ ਅਤੇ ਜਿੰਦਾ ਤੋੜਿਆ, ਕਾਫੀ ਲੰਬਾ ਸਮਾਂ ਉਹ ਜਿੰਦਾ ਤੋੜਦਾ ਰਿਹਾ ਫਿਰ ਜਿੰਦਾ ਟੁੱਟਿਆ। ਉਦੋਂ ਬਾਅਦ ਉਹ ਬੰਦੇ ਸਾਰੇ ਅੰਦਰ ਐਂਟਰ ਹੋ ਗਏ, ਸਾਨੂੰ ਵੀ ਉਹ ਨਾਲ ਲੈ ਕੇ, ਅਸੀਂ ਕਿਹਾ ਵੀ ਦਰਬਾਰ ਸਾਹਿਬ ਦੀ ਚਾਬੀ ਲੈ ਲਓ, ਸਾਨੂੰ ਉਹਨਾਂ ਨੇ ਅੰਦਰ ਨਹੀਂ ਆਉਣ ਦਿੱਤਾ, ਸਾਨੂੰ ਮਤਲਬ ਬਾਗਲਾ ਪਾ ਕੇ ਖਿੱਚ ਖਿੱਚ ਕੇ ਨਾਲ, ਨਹੀਂ ਬਾਬਾ ਜੀ ਆਓ, ਨਹੀਂ ਬਾਬਾ ਜੀ ਆਓ, ਤੁਸੀਂ ਆਓ ਜੀ ਆਓ ਜੀ। ਉਸ ਤੋਂ ਬਾਅਦ ਉਹਨਾਂ ਨੇ ਦਰਬਾਰ ਸਾਹਿਬ ਦਾ ਵੀ ਜਿੰਦਾ ਤੋੜਿਆ ਔਰ ਜਿੰਦਾ ਤੋੜਿਆ, ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਹੱਥੋਂ ਪਾਈ ਵੀ ਹੋਏ, ਉੱਥੇ ਧੱਕਾ ਧੁੰਮਾ ਵੀ ਉਹਨਾਂ ਨੇ ਕੀਤਾ ਔਰ ਨਾਲ ਗੱਲ ਇਹ ਆ ਕਿ ਉਸ ਤੋਂ ਬਾਅਦ ਮਹਾਰਾਜ ਦੇ ਸਰੂਪ ਜਿਹੜੇ ਉਹ ਲੈ ਕੇ ਗਏ ਆ ਬਿਨਾਂ ਕਮਰ ਕੱਸੇ ਤੋਂ ਅਤੇ ਬਿਨਾਂ ਛਤਰ ਤੋਂ ਲੈ ਕੇ ਗਏ ਆ ਮਹਾਰਾਜ ਸਾਹਿਬ ਦੇ ਸਰੂਪ। ਤਾਂ ਇਹ ਸਾਰੀ ਘਟਨਾ ਜਿਹੜੀ ਅੱਜ ਸਵੇਰੇ ਵਾਪਰੀ ਆ, ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ, ਜਿੰਦੇ ਤੋੜੇ ਆ ਔਰ ਮਹਾਰਾਜ ਸਾਹਿਬ ਨੂੰ ਬਗੈਰ ਕਮਰ ਕੱਸੇ ਤੋਂ ਅਤੇ ਬਗੈਰ ਛਤਰ ਤੋਂ ਮਹਾਰਾਜ ਜੀਆਂ ਨੂੰ ਲੈ ਕੇ, ਸਹਿਜ ਪਾਠ ਸਾਹਿਬ ਚੱਲ ਰਹੇ ਆ ਅਤੇ ਚੱਲਦੇ ਸਹਿਜ ਪਾਠ ਸਾਹਿਬ ਦੇ ਵਿੱਚੋਂ ਹੀ ਮਹਾਰਾਜ ਸਾਹਿਬ ਲੈ ਕੇ ਗਏ ਆ ਉਹ। ਤਾਂ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਜਿਹੜੀ ਧਰਮ ਦੇ ਨਾਂ 'ਤੇ ਗੁੰਡਾਗਰਦੀ ਇਹ ਲੋਕ ਕਰ ਰਹੇ ਆ ਔਰ ਪ੍ਰਚਾਰ ਪ੍ਰਸਾਰ ਦੇ ਵਿੱਚ ਇਹ ਅੜਿੱਕਾ ਲੱਗ ਰਹੇ ਆ ਲੋਕ, ਇਹ ਆਪ ਉਹਨਾਂ ਨੇ ਅੱਜ ਤੱਕ ਇੱਕ ਗੁਰਮਤਿ ਸਮਾਗਮ ਬਾਬਾ ਬੂਟਾ ਸਿੰਘ ਦੇ ਕਹਿਣ 'ਤੇ ਰੱਖਿਆ ਸ਼੍ਰੋਮਣੀ ਕਮੇਟੀ ਵੱਲੋਂ ਔਰ ਉਹਨਾਂ ਨੇ ਇਹ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਅੜਿੱਕਾ ਬਣਨ ਦਾ ਯਤਨ ਉਦੋਂ ਤੋਂ ਹੀ ਕਰ ਰਹੇ ਨੇ। ਅਤੇ ਮੈਂ ਸੰਗਤ ਨੂੰ ਇਹ ਪ੍ਰਜੋਰ ਬੇਨਤੀ ਕਰਦਾ ਕਿ ਅੱਜ ਤਰੀਕ ਹੈਗੀ ਆ 28 ਜੁਲਾਈ ਦਿਨ ਐਤਵਾਰ, ਅਤੇ ਅੱਜ 3:30 ਵਜੇ ਸਾਡੇ ਅਸਥਾਨ 'ਤੇ ਇਕੱਠ ਰੱਖਿਆ ਹੋਇਆ। ਸੰਗਤ ਨੂੰ ਬੇਨਤੀ ਹੈ ਜਿਹੜੇ ਪਹੁੰਚ ਸਕਦੇ ਹੋ ਪਹੁੰਚ ਕੇ ਤੁਸੀਂ ਸਾਰੇ ਆਪਦੀ ਹਾਜ਼ਰੀ ਦਿਓ ਭਾਈ, ਤਾਂ ਕਿ ਆਪਾਂ ਪ੍ਰਸ਼ਾਸਨ ਨੂੰ ਵੀ
ਲਿਖਤੀ ਸ਼ਿਕਾਇਤ ਜਿਹੜੀ ਆ ਦੇ ਕੇ ਸਾਰੀ ਕਾਰਵਾਈ, ਜਿਹੜੇ ਬੰਦੇ ਜ਼ਿੰਦਾ ਤੋੜਦੇ ਆ ਜਾਂ ਜਿਹੜੇ ਬੰਦੇ ਧੱਕਾ ਧੋਮਾ ਕਰਦੇ ਆ, ਲੜਾਈ ਝਗੜਾ ਕਰਦੇ ਆ, ਉਹਨਾਂ ਦੇ ਖਿਲਾਫ਼, ਔਰ ਜਿਹੜੇ ਬੰਦੇ ਮਹਾਰਾਜ ਸਾਹਿਬ ਦੀ ਬੇਅਦਬੀ ਕਰਦੇ ਆ ਬਗੈਰ ਕਮਰ ਕੱਸੇ ਤੋਂ, ਬਗੈਰ ਛਤਰ ਤੋਂ ਲੈ ਕੇ ਜਾਂਦੇ ਆ, ਔਰ ਸਹਿਜ ਪਾਠ ਚੱਲਦਿਆਂ ਦੇ ਵਿੱਚ ਲੈ ਕੇ ਜਾਂਦੇ ਆ, ਤਾਂ ਉਹਨਾਂ ਬੰਦਿਆਂ ਦੇ ਖਿਲਾਫ਼ ਕਾਰਵਾਈ ਹੋਵੇ। ਅਤੇ ਬਾਬਾ ਜੀ, ਘਟਨਾ ਤਾਂ ਸਾਡੇ ਪਹਿਲਾਂ ਵਿਵਾਦ ਚੱਲ ਰਿਹਾ ਸੀ 11 ਮਈ 21 ਤੋਂ, ਬਾਬੇ ਘਰਾਂਗ ਨੇ ਸਾਡਾ ਫੈਸਲਾ ਹੋਇਆ ਸੀ ਤਖ਼ਤ 'ਤੇ ਵੀ ਉਹ ਮਹਾਰਾਜ ਸਰੂਪ ਲੈ ਜਾਇਆ ਕਰਨਗੇ ਅਤੇ ਛੱਡ ਜਾਇਆ ਕਰਨਗੇ। ਉਦੋਂ ਬਾਅਦ ਉਹ ਮਹਾਰਾਜ ਸਰੂਪ ਛੱਡ ਕੇ ਨਹੀਂ ਗਏ, 3 ਮਹੀਨੇ ਹੋ ਗਏ। ਅਸੀਂ ਕਈ ਵਾਰੀ ਸੁਨੇਹੇ ਭੇਜੇ, ਆਪ ਵੀ ਗਏ, ਉਹ ਕਹਿੰਦਾ ਮੈਂ ਛੱਡਦਾ ਨਹੀਂ ਗਾ ਜੀ। ਅਤੇ ਉਸ ਤੋਂ ਬਾਅਦ ਜੀ ਅਸੀਂ ਇਕੱਠੇ ਹੋ ਕੇ ਪੰਚਾਇਤ ਕਮੇਟੀ ਬਾਗ ਗਈ, ਇਹ ਸਰੂਪ ਮਹਾਰਾਜ ਸ਼ੁਰੂ 'ਚ ਜਾ ਕੇ ਅਰਦਾਸ ਕਰਕੇ ਲਿਆਏ, ਅਤੇ ਕੋਈ ਉੱਥੇ ਘਟਨਾ ਨਹੀਂ, ਕੋਈ ਹੋਰ ਕੁਛ ਧੱਕਾ ਨਹੀਂ ਹੋਇਆ ਜੀ। ਤਾਂ ਕਿਸ ਗੱਲੋਂ ਕਹਿੰਦੇ ਨੇ ਵੀ ਉਹ ਸਰੂਪ ਰੱਖਣ ਦੇ ਲਈ ਵਾਪਸ ਕਿਉਂ ਨਹੀਂ ਕਰ ਰਹੇ ਸੀ? ਉਹ ਬਸ ਹੈਂਕੜੀ ਜੀ ਉਹਨਾਂ ਦੀ, ਅਤੇ ਕਹਿੰਦੇ ਸੀ ਗੁਰੂ ਘਰ ਬਣਾਵਾਂਗੇ ਜੀ ਇੱਥੇ। ਤਾਂ ਜਿਸ ਜਗ੍ਹਾ 'ਤੇ ਉਹਨਾਂ ਨੇ ਸਰੂਪ ਰੱਖੇ ਹੋਏ ਨੇ, ਕਿ ਧਾਰਮਿਕ ਸਥਾਨ ਬਣਿਆ ਹੋਇਆ ਜਾਂ ਗੁਰਦੁਆਰਾ? ਨਹੀਂ, ਕੋਈ ਧਾਰਮਿਕ ਸਥਾਨ ਨਹੀਂ, ਇੱਥੇ ਕਮਰਾ ਜਿਹਾ ਬਣਿਆ ਹੋਇਆ ਜੀ ਇੱਕ ਕਮਰੇ 'ਚ ਹੀ, ਬਸ ਸਰੂਪ ਸੁਖਾਸਣ ਵੀ ਨਹੀਂ ਕਰਿਆ ਸੀਗਾ, ਉਵੇਂ ਘਰੇ ਪਏ ਸੀਗੇ ਰੁਮਾਲੇ 'ਚ ਬਲੇਟੇ। ਕੀ ਮੰਗ ਕਰਦੇ ਹੋ? ਮੰਗ ਤਾਂ ਇਹੀ ਕਰਦੇ ਸਾਨੂੰ ਇਦੋਂ ਬਾਅਦ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਦੁਆ ਬਾਬੇ ਦਾ ਸਾਡਾ ਖੜਾ ਖੜਾਓ। ਮਸਲਾ ਤਾਂ ਜੀ ਇਹਨਾਂ ਦਾ 2021 ਤੋਂ ਚੱਲ ਰਿਹਾ ਪਿੰਡ ਦੇ ਵਿੱਚ, ਬਾਬਾ ਰਾਜਿੰਦਰ ਸਿੰਘ ਘਰਾਂਗਣੇ ਵਾਲੇ ਔਰ ਕਮੇਟੀ ਦਾ, ਜੋ ਕਿ ਸ਼੍ਰੋਮਣੀ ਕਮੇਟੀ ਦੇ ਥਰੂ, ਪੰਜ ਪਿਆਰਿਆਂ ਦੇ ਥਰੂ ਪਹਿਲਾਂ ਇਹਨਾਂ ਦਾ ਫੈਸਲਾ ਹੋਇਆ ਸੀ, ਜੋ ਕਿ ਬਾਬਾ ਜੀ ਜੋ ਇਹ ਪ੍ਰੋਗਰਾਮ ਕਰਦੇ ਨੇ ਮਹੀਨੇ ਦਾ, ਉਹ ਸਰੂਪ ਲੈ ਕੇ ਜਾਇਆ ਕਰਨਗੇ ਅਤੇ ਪ੍ਰੋਗਰਾਮ ਕਰਨ ਦੇ ਉਪਰੰਤ ਹੀ ਸਰੂਪ ਛੱਡ ਜਾਇਆ ਕਰਨਗੇ। ਪਹਿਲਾਂ ਇੱਦਾਂ ਹੀ ਕਰਦੇ ਰਹੇ ਆ, ਸਰੂਪ ਲਿਜਾਂਦੇ ਰਹੇ, ਛੱਡਦੇ ਰਹੇ। ਹੁਣ 11 ਮਈ ਦਿਨ ਸ਼ਨੀਵਾਰ 2024 ਨੂੰ ਉਹ ਸਰੂਪ ਲੈ ਕੇ ਗਏ ਸੀ, ਅਤੇ ਮੁੜ ਕੇ ਉਹ ਸਰੂਪ ਨਹੀਂ ਦੇ ਕੇ ਗਏ, ਅਤੇ ਮੈਂ ਕਮੇਟੀ ਨੂੰ ਵੀ ਕਿਹਾ ਵੀ ਸਰੂਪ ਨਹੀਂ ਦੇ ਕੇ ਗਏ। ਉਦੋਂ ਪਹਿਲਾਂ ਉਹ ਜੋ ਮੰਜੀ ਸਾਹਿਬ, ਛਤਰ, ਚੌਰ, ਘੜਿਆਲ ਸਾਰਾ ਕੁਝ ਸਾਡਾ ਇੱਥੇ ਛੱਡ ਗਏ ਸੀ, ਅਤੇ ਪਰ ਸਰੂਪ ਨਹੀਂ ਛੱਡ ਕੇ ਗਏ। ਜਦੋਂ ਮੈਂ ਪੁੱਛਿਆ ਵੀ ਸਰੂਪ ਨਹੀਂ ਆਇਆ, ਕਹਿੰਦੇ ਜੀ 3 ਦਿਨ ਠਹਿਰ ਕੇ ਦੇ ਕੇ ਜਾਵਾਂਗੇ। ਅਤੇ ਉਦੋਂ ਬਾਅਦ ਦੇ ਵਿੱਚ ਮੈਂ ਕਮੇਟੀ ਨੂੰ ਕਿਹਾ, ਕਮੇਟੀ ਨੇ ਫੋਨ ਕੀਤੇ, ਗਏ ਵੀ, ਉੱਦਾਂ ਵੀ ਬੇਨਤੀਆਂ ਕੀਤੀਆਂ, ਪਰ ਕੋਈ ਗੱਲ ਨਹੀਂ ਬਣੀ। ਅਤੇ ਅੱਜ ਸਾਰੀ ਸੰਗਤ ਇਕੱਠੇ ਹੋ ਕੇ ਪਿਆਰ ਦੇ ਨਾਲ ਸਾਰੀ ਸੰਗਤ ਗਈ ਹੈ, ਸਤਿਗੁਰਾਂ ਦਾ ਸਰੂਪ ਅਸੀਂ ਉੱਥੋਂ ਜਾ ਕੇ ਲੈ ਆਏ ਹਾਂ, ਪੂਰੀ ਮਰਿਆਦਾ ਦੇ ਨਾਲ ਲੈ ਕੇ ਆਇਆ। ਮੈਂ ਖੁਦ ਅਰਦਾਸ ਬੇਨਤੀ ਕੀਤੀ ਹੈ, ਖੁਦ ਕਮਰ ਕਸਾ ਲਾ ਕੇ, ਚੌਰ ਸਾਹਿਬ ਮੈਂ ਗੁਰੂ ਘਰ ਦੇ ਵਿੱਚੋਂ ਲੈ ਕੇ ਗਿਆ, ਰਮਾਲਾ ਸਾਹਿਬ ਸਭ ਕੁਝ ਮੈਂ ਗੁਰੂ ਘਰ ਦੇ ਵਿੱਚੋਂ ਲੈ ਕੇ ਆ। ਜਿਹੜਾ ਕਹਿੰਦਾ ਵੀ ਮਰਿਆਦਾ ਨਹੀਂ ਹੋਈ, ਸਾਰੀ ਮਰਿਆਦਾ ਦੇ ਨਾਲ ਸਰੂਪ ਅਸੀਂ ਲੈ ਕੇ ਆਉਂਦਾ, ਅਸੀਂ ਸਾਰਾ ਕੁਛ ਗੁਰੂ ਘਰ ਦੇ ਵਿੱਚੋਂ, ਘੜਿਆਲ, ਚੌਰ, ਰਮਾਲਾ ਸਾਹਿਬ ਸਭ ਕੁਝ ਅਸੀਂ ਇੱਥੋਂ ਲੈ ਕੇ ਗਏ ਹਾਂ, ਪੂਰਨ ਮਰਿਆਦਾ ਦੇ ਨਾਲ ਅਰਦਾਸ ਬੇਨਤੀ ਕਰਕੇ ਸਰੂਪ ਸਤਿਗੁਰਾਂ ਦਾ ਅਸੀਂ ਇੱਥੇ ਲਿਆਂਦਾ ਹੈਗਾ, ਅਤੇ ਸਾਰਾ ਨਗਰ ਨਾਲ ਸੀ ਸਾਡੇ, ਅਤੇ ਕੋਈ ਇੱਦਾਂ ਦੀ ਧੱਕਾ ਮੁੱਕੀ ਨਹੀਂ ਹੋਈ। ਅਤੇ ਜੋ ਵੀ ਕੋਈ ਬੇਨਤੀ ਕਰਦਾ ਵੀ ਜਿਹੜਾ ਕੋਈ ਕਿਸੇ ਦੀ ਵੀਡੀਓ 'ਤੇ ਕਮੈਂਟ ਕਰਕੇ ਕਹਿੰਦਾ, ਉਹ ਸਾਡੇ ਪਿੰਡ ਦੇ ਵਿੱਚ ਮੂਸੇ ਦੇ ਵਿੱਚ ਆ ਕੇ ਦੇਖ ਲਏ ਵੀ ਸਾਡੇ ਪਿੰਡ ਦਾ ਮਾਹੌਲ ਕੀ ਹੈ, ਗਲਤੀ ਸਾਡੀ ਕਮੇਟੀ ਦੇ ਵਿੱਚ ਹੈ, ਸਾਡੇ ਪਿੰਡ ਦੇ ਵਿੱਚ ਹੈ ਜਾਂ ਬਾਬਾ ਜੀ ਦੇ ਵਿੱਚ ਹੈ। ਜੇ ਸਾਡੀ ਕਮੇਟੀ ਦੇ ਵਿੱਚ ਜਾਂ ਮੈਂ ਗ੍ਰੰਥੀ ਸਿੰਘ ਹਾਂ, ਮੇਰੇ 'ਚ ਗਲਤੀ ਹੋ ਗਈ ਤਾਂ ਅਸੀਂ ਦੇਣਦਾਰ ਹਾਂ, ਅਤੇ ਜੇ ਕੋਈ ਹੋਰ ਗਲਤੀ ਕਰਦਾ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਸਾਡਾ ਮੰਗ ਸਾਡੀ ਇਹੀ ਹੈ ਜੀ ਹੁਣ ਵੀ ਸਤਿਗੁਰਾਂ ਦਾ ਸਰੂਪ ਸਾਡੇ ਕੋਲ ਹੈਗਾ, ਹੁਣ ਮੇਰੀ ਗ੍ਰੰਥੀ ਸਿੰਘ ਦੀ ਡਿਊਟੀ ਹੈ, ਜੋ ਕੋਈ ਸਰੂਪ ਲਿਜਾਂਦਾ ਜ਼ਿੰਮੇਵਾਰੀ ਮੇਰੀ ਹੈ, ਜੇ ਕੋਈ ਗੱਲਬਾਤ ਹੁੰਦੀ ਹੈ ਪਿੰਡ ਨੇ ਅਤੇ ਕਮੇਟੀ ਨੇ ਮੈਨੂੰ ਕਹਿਣਾ, ਸਾਰੀ ਜ਼ਿੰਮੇਵਾਰੀ ਮੇਰੀ ਹੈ। ਇਸ ਕਰਕੇ ਪਿੰਡ ਦਾ ਇਹੀ ਫੈਸਲਾ ਹੈ ਵੀ ਅੱਜ ਤੋਂ ਬਾਅਦ ਜੋ ਬਾਬਾ ਜੀ ਨੂੰ ਸਰੂਪ ਨਹੀਂ ਦਿੱਤਾ ਜਾਊਗਾ, ਗੁਰੂ ਘਰ ਦੇ ਵਿੱਚ ਦਿਨੇ ਆਉਣ, ਰਾਤ ਨੂੰ ਉਹਨਾਂ ਨਮਸਕਾਰ ਕਰਕੇ ਮੁੜ ਜਾਣ, ਉਹਨਾਂ ਨੂੰ ਰੋਕਿਆ ਨਹੀਂ ਜਾਊਗਾ, ਅਤੇ ਨਾ ਉਹਨਾਂ ਦਾ ਕੋਈ ਪ੍ਰੋਗਰਾਮ ਹੁਣ ਦਿੱਤਾ ਜਾਊਗਾ, ਅਤੇ ਨਾ ਹੀ ਉਹਨਾਂ ਨੂੰ ਸਰੂਪ ਦਿੱਤਾ ਜਾਊਗਾ। ਇਹ ਸਾਡੇ ਪਿੰਡ ਦੀ ਸਾਰੇ ਦੀ ਇਹ ਮੰਗ ਹੈ, ਅਤੇ ਇਹ ਸਾਡੇ ਪਿੰਡ ਦਾ ਫੈਸਲਾ ਜੀ। ਗੁਰੂ ਘਰ ਦੇ ਸੇਵਾਦਾਰ, ਕੋਈ ਅਸੀਂ ਜਥੇਦਾਰ ਨਹੀਂ, ਕੋਈ ਅਸੀਂ ਪ੍ਰਬੰਧਕ ਨਹੀਂ, ਕੋਈ ਕੁਛ ਨਹੀਂ, ਇੱਕ ਆਮ ਸੇਵਾਦਾਰ, ਆਮ ਸਿੱਖ ਹਾਂ।
ਅਤੇ ਇੱਕ ਸਿੱਖ ਹੋਣ ਦੇ ਨਾਤੇ ਸਾਡੇ ਗੁਰੂ ਘਰ ਦਾ ਜਿਹੜਾ ਸਰੂਪ ਸੀ ਬਾਬਾ ਰਾਜਵਿੰਦਰ ਸਿੰਘ ਨਾਲ ਪਹਿਲਾਂ ਤੋਂ ਵਿਵਾਦ ਚੱਲਦਾ ਸੀ, ਉਹਨਾਂ ਨੇ ਸਾਡਾ ਤਖ਼ਤ 'ਤੇ ਜਾ ਕੇ ਸਮਝੌਤਾ ਹੋ ਗਿਆ ਸੀ ਵੀ ਉਹ ਸਰੂਪ ਲੈ ਜਾਇਆ ਕਰਨਗੇ ਅਤੇ ਵਾਪਸ ਕਰ ਜਾਇਆ ਕਰਨਗੇ, ਪਰ ਉਹਦੇ ਬਾਵਜੂਦ ਹੁਣ ਇਹ 11 ਮਈ 2024 ਨੂੰ ਸਰੂਪ ਲੈ ਗਏ ਸੀ ਸਾਡਾ, ਅਤੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰਤਾ। ਅਸੀਂ 10 ਬੰਦੇ ਗਏ ਸੀ ਪਿੰਡ 'ਚੋਂ, ਸੀ ਕਮੇਟੀ ਦੇ ਬੰਦੇ ਸੀ ਵੀ ਸਾਡਾ ਸਰੂਪ ਬਾਬਾ ਜੀ ਤੁਸੀਂ ਵਾਪਸ ਕਰੋ, ਸਰੂਪ ਸਾਡੇ ਨਾਂ 'ਤੇ ਰਜਿਸਟਰਡ ਹੈ, ਉੱਥੇ ਰੱਬ ਨਾ ਕਰੇ ਕੋਈ ਵਾਧ ਘਾਟ ਹੋ ਗਈ, ਕੋਈ ਬੇਅਦਬੀ ਹੋ ਗਈ, ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ, ਸਾਡੀ ਕਮੇਟੀ ਹੋਊਗੀ। ਇਸ ਕਰਕੇ ਸਾਨੂੰ ਸਾਡੇ ਮਹਾਰਾਜ ਦੇ ਸਰੂਪ ਦੀ ਚਿੰਤਾ ਸੀ ਭਾਈ, ਤਾਂ ਕਰਕੇ ਅਸੀਂ ਇਹ ਫੈਸਲਾ ਲਿਆ। ਜਦੋਂ ਸਾਡੀ ਨਹੀਂ ਸੁਣੀ, ਵਾਰ ਵਾਰ ਬੇਨਤੀਆਂ ਕੀਤੀਆਂ, ਪੰਚਾਇਤ ਵੀ ਗਈ, ਜਦੋਂ ਸਾਡੀ ਨਹੀਂ ਸੁਣੀ ਤਾਂ ਸਾਨੂੰ ਇਹ ਅੱਜ ਕੰਮ ਕਰਨਾ ਪਿਆ। ਅਸੀਂ ਬਿਲਕੁਲ ਮਰਿਆਦਾ ਅਨੁਸਾਰ ਮਹਾਰਾਜ ਦਾ ਸਰੂਪ, ਉਹਨਾਂ ਨੇ ਵੀਡੀਓ ਪਾਈ ਹੈ, ਜਿਹੜੇ ਮੇਰੇ ਵੀਰ ਕੋਈ ਬਾਹਰੋਂ ਵੀਡੀਓ ਦੇਖ ਕੇ ਕਮੈਂਟ ਕਰ ਰਹੇ ਨੇ ਬਾਬਾ ਜੀ ਇਹ ਕੜਾਮ ਚੌਧਰੀ ਹੈ ਫਲਾਨਾ, ਜਿਹਨੂੰ ਕੋਈ ਆਏ ਲੱਗਦਾ ਉਹ ਸਾਡੇ ਪਿੰਡ ਆ ਕੇ ਇਨਕੁਆਇਰੀ ਕਰ ਲਏ, ਬਾਕੀ ਬਾਬਾ ਜੀ ਪਿਛਲੇ 3-4 ਪਿੰਡਾਂ 'ਚ ਹੋਰ ਵੀ ਰਹਿ ਕੇ ਆਇਆ, ਉੱਥੋਂ ਇਨਕੁਆਇਰੀ ਕਰ ਲਓ ਕਿਹੋ ਜਿਹਾ ਇਹਨਾਂ ਦਾ ਕਰੈਕਟਰ ਹੈ, ਕਿਹੋ ਜਿਹਾ ਸਾਡਾ ਕਰੈਕਟਰ, ਇੱਥੇ ਆ ਕੇ ਸਾਡੇ ਪਿੰਡ 'ਚ ਸਾਨੂੰ ਚੈੱਕ ਕਰ ਲੈਣ। ਇੱਕ ਸ਼ਾਇਦ ਇਹੋ ਜਿਹਾ ਪਿੰਡ ਹੋਊਗਾ ਪੰਜਾਬ ਦਾ ਜਿੱਥੇ ਬਿਨਾਂ ਪੈਸੇ ਲਏ ਤੋਂ ਸੇਵਾ ਕਰਦੇ ਨੇ ਸਿੰਘ, ਅਤੇ ਇਸ ਕਰਕੇ ਕੋਈ ਇਹੋ ਜਿਹੀ ਬਿਨਾਂ ਮਰਿਆਦਾ ਵਾਲੀ ਗੱਲ ਨਹੀਂ ਹੋਈ। ਉੱਥੇ ਮਰਿਆਦਾ ਨਾਲ ਮਹਾਰਾਜ ਦਾ ਸਰੂਪ ਲਿਆਂਦਾ, ਸਰੂਪ ਸਾਡੇ ਗੁਰਦੁਆਰਾ ਸਾਹਿਬ ਆ ਗਿਆ, ਇਸ ਤੋਂ ਬਾਅਦ ਅਸੀਂ ਕਿਸੇ ਕਿਸਮ ਦਾ ਵਿਖਾਦ ਨਹੀਂ ਚਾਹੁੰਦੇ ਪਿੰਡ 'ਚ, ਇਹਨੂੰ ਸਾਡਾ ਮਸਲਾ ਹੱਲ ਹੋ ਗਿਆ। ਉੱਥੇ ਕੋਈ ਬਾਹਲੀ ਹੱਥਾਪਾਈ ਨਹੀਂ ਹੋਈ, ਕੋਈ ਕੁੱਟਮਾਰ ਨਹੀਂ ਹੋਈ, ਐਵੇਂ ਬਿਨਾਂ ਗੱਲ ਤੋਂ ਅਸੀਂ ਬਾਬਾ ਜੀ ਨੂੰ ਵੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਇਹਨੂੰ ਇਸ਼ੂ ਨਾ ਬਣਾਇਆ ਜਾਵੇ, ਜਾਂ ਜਿਹੜੇ ਕੋਈ ਮੇਰੇ ਵੀਰ 200-400 ਕਿਲੋਮੀਟਰ ਦੂਰ ਬੈਠੇ ਨੇ ਉਹ ਐਵੇਂ ਨਾ ਕਮੈਂਟ ਕਰਨ ਵੀਡੀਓ ਥੱਲੇ, ਪਹਿਲਾਂ ਇਹਦੀ ਰੀਐਲਟੀ ਆ ਕੇ ਚੈੱਕ ਕਰ ਲਓ ਕੀ ਰੀਐਲਟੀ ਹੈ। ਜੇ ਕੋਈ ਅਸੀਂ ਉੱਥੇ ਕੀਤਾ, ਅਸੀਂ ਮਹਾਰਾਜ ਕਰਕੇ ਕੀਤਾ, ਮਹਾਰਾਜ ਦਾ ਸਰੂਪ ਸੀ ਸਾਡਾ, ਸਾਡਾ ਸਰੂਪ ਬਾਬਾ ਜੀ ਨੇ ਦੱਬ ਰੱਖਿਆ ਸੀ ਇਹ ਕਹਿ ਸਕਦੇ ਹਾਂ ਅਸੀਂ, ਅਤੇ ਅਸੀਂ ਆਪਦਾ ਸਰੂਪ ਵਾਪਸ ਮਹਾਰਾਜ ਨੂੰ ਲਿਆਂਦਾ ਅੱਜ ਸਾਡੇ ਗੁਰਦੁਆਰਾ ਸਾਹਿਬ ਪ੍ਰਕਾਸ਼ ਕਰਤੇ ਲਿਆ ਕੇ। ਬਸ ਇਹੀ ਬੇਨਤੀਆਂ, ਅਸੀਂ ਕਿਸੇ ਕਿਸਮ ਦਾ ਵਿਖਾਦ ਨਹੀਂ ਚਾਹੁੰਦੇ, ਕੋਈ ਬਾਹਰੋਂ ਸੱਜਣ ਆਉਣ ਇੱਥੇ 20-50 ਕੋਈ ਗੱਡੀਆਂ ਭਰ ਕੇ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਪਹਿਲਾਂ ਤੁਸੀਂ ਇਸ ਚੀਜ਼ ਦੀ ਖੋਜ ਕਰ ਲਓ ਗਲਤੀ ਕਿਹਦੀ ਹੈ, ਜੇ ਸਾਡੀ ਗਲਤੀ ਹੋਈ ਅਸੀਂ ਦੇਣਦਾਰ ਹਾਂ, ਜੇ ਬਾਬਾ ਜੀ ਦੀ ਗਲਤੀ ਹੈ ਤਾਂ ਬਾਬਾ ਜੀ ਦੇਣਦਾਰ ਨੇ। ਬਸ ਇਹੀ ਬੇਨਤੀਆਂ ਵੀਰੇ ਸਾਡੀਆਂ।